सत श्री अकाल दोस्तों, स्वागत है तुहाडा तुहाडे अपने यूट्यूब चैनल स्टार डिजिटल पंजाब विच, जिहदे विच तुसीं घर बैठे वख वख जानकारियां साडे कोल हासिल करदे रहिंदे हो। दोस्तो, दुनिया दे विच इक वड्डी दौड़ लगी हुई है कि थोड़े जिहे पैसे लगाओ ते डबल पैसे कमाओ, जिसका कि दौर लगातार चल रहा है, जिन्हों के क्रिप्टो करंसी के नाम भी जाने जाता है। इस संबंधी वड्डी अपडेट लैके हाजिर हुए हाँ। सो दोस्तों, जिहड़े दोस्त साडे यूट्यूब चैनल ते नवें आए हैं, वह चैनल के सामने लगे सबसक्राइब बटन नूं दबा लैण ते नाल ही बैल दा आइकन आल ते जरूर सैट कर लैण, तां जो हर एक वीडियो दी अपडेट उन्हां तक साडी सब तो पहला पहुँच सके। दोस्तों, गल कर रहे हां अज आ रही वड्डी अपडेट जो कि क्रिप्टो करंसी दे संबंध विच है। क्रिप्टो करंसी नाल दुबई च घर खरीद रहे ने कई अमीर लोग फस सकते हैं कानून के जाल विच। किवें? भारत के कई अमीर लोग दुबई च घर खरीदने लई क्रिप्टो करंसी का सहारा लै रहे हैं। अमीरात के प्रमुख रियल अस्टेट खिडारी हुण डिजिटल सिक्कियां नूं स्वीकार करके जल्दबाजी विच रियल अस्टेट सौद्यां नूं पूरा करन च लगे हुए हैं। दुबई विच अजिहे लैण देण पूरी तरह कानूनी हन। दुबई अपने आप नूं दुनिया की क्रिप्टो करंसी की राजधानी बनाउणा चाहुंदा है, पर जेकर तुसीं अजिहे देश तों हो जिथे क्रिप्टो करंसी कानूनी नहीं जां पाबंदी शुदा है ਅਤੇ ਤੁਸੀਂ ਉਸ ਕ੍ਰਿਪਟੋ 'ਚ ਕਮਾਏ ਪੈਸੇ ਨਾਲ ਦੁਬਈ 'ਚ ਜਾਇਦਾਦ ਖਰੀਦ ਰਹੇ ਹੋ, ਤਾਂ ਤੁਸੀਂ ਕਾਨੂੰਨੀ ਮੁਸੀਬਤ ਵਿੱਚ ਫਸ ਸਕਦੇ ਹੋ। ਅਜਿਹੀਆਂ ਜਾਇਦਾਦਾਂ ਖਰੀਦਣ ਵਾਲੇ ਲੋਕਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਉਹਨਾਂ ਦੇ ਪਾਸਪੋਰਟ, ਉਹਨਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ, ਜਾਂ ਜਿਨ੍ਹਾਂ ਦੇ ਨਾਮ 'ਤੇ ਜਾਇਦਾਦ ਰਜਿਸਟਰਡ ਹੈ, ਭਾਰਤ ਦੇ ਇਨਕਮ ਟੈਕਸ ਅਥਾਰਟੀਆਂ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਜਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਭੇਜੀ ਜਾ ਰਹੀ ਹੈ। ਭਾਰਤ ਦੇ ਕੇਂਦਰੀ ਬੈਂਕ ਰਿਜ਼ਰਵ ਬੈਂਕ ਆਫ ਇੰਡੀਆ ਨੇ ਕ੍ਰਿਪਟੋ ਕਰੰਸੀ 'ਤੇ ਅੰਸ਼ਕ ਪਾਬੰਦੀ ਲਗਾ ਦਿੱਤੀ ਹੈ। ਭਾਰਤ ਸਰਕਾਰ ਦਾ ਵਿੱਤ ਮੰਤਰਾਲਾ ਕ੍ਰਿਪਟੋ ਕਰੰਸੀ ਤੋਂ ਹੋਣ ਵਾਲੀ ਕਮਾਈ 'ਤੇ ਟੈਕਸ ਲਗਾਉਣਾ ਚਾਹੁੰਦਾ ਹੈ। ਬਹੁਤ ਸਾਰੇ ਉੱਚ ਨੈੱਟਵਰਕ ਵਾਲੇ ਵਿਅਕਤੀ ਹੁਣ ਆਪਣੇ ਕ੍ਰਿਪਟੋ ਕਰੰਸੀ ਨਾਲ ਦੁਬਈ ਜਾ ਰਹੇ ਨੇ ਅਤੇ ਵੱਖ ਵੱਖ ਮੁਦਰਾ ਕੇਂਦਰਾਂ 'ਤੇ ਕ੍ਰਿਪਟੋ ਵਪਾਰ ਕਰਨ ਦੀ ਯੋਜਨਾ ਬਣਾ ਰਹੇ ਨੇ। ਇਸ ਤਰ੍ਹਾਂ ਹੁਣ ਕਈ ਲੋਕ ਟੈਕਸ ਚੋਰੀ ਦੇ ਦੋਸ਼ ਵਿੱਚ ਫੜੇ ਜਾ ਸਕਦੇ ਨੇ। ਅਸਲ ਵਿੱਚ ਇਹ ਇੱਕ ਅਜਿਹਾ ਅਪਰਾਧ ਹੈ ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ। ਸਭ ਤੋਂ ਪਹਿਲਾਂ ਕਿਸੇ ਗੈਰ ਜਨਤਕ ਜੀਵ ਤੋਂ ਕਿਸੇ ਭਾਰਤੀ ਦੇ ਖਾਤੇ 'ਚ ਕ੍ਰਿਪਟੋ ਕਰੰਸੀ ਆਉਣਾ ਅਤੇ ਫਿਰ ਕਿਸੇ ਪ੍ਰਾਪਰਟੀ ਫਰਮ ਦੇ ਖਾਤੇ 'ਚ ਜਾਣਾ, ਇਹ ਇੱਕ ਅਜਿਹਾ ਲੈਣ ਦੇਣ ਹੈ ਜਿਸ 'ਚ ਕ੍ਰਾਸ ਬਾਰਡਰ ਟ੍ਰਾਂਜੈਕਸ਼ਨ ਅਤੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੁੰਦੀ ਹੈ। ਦੂਜਾ, ਜੇਕਰ ਤੁਸੀਂ ਵਿਦੇਸ਼ 'ਚ ਕੋਈ ਜਾਇਦਾਦ ਖਰੀਦ ਰਹੇ ਹੋ ਤਾਂ ਤੁਹਾਨੂੰ ਭਾਰਤੀ ਰਿਜ਼ਰਵ ਬੈਂਕ ਦੇ ਨਿਯਮਾਂ ਅਨੁਸਾਰ ਬੈਂਕਿੰਗ ਚੈਨਲ ਰਾਹੀਂ ਪੈਸੇ ਟ੍ਰਾਂਸਫਰ ਕਰਨ ਦੀ ਲੋੜ ਹੈ। ਸਭ ਤੋਂ ਮਹੱਤਵਪੂਰਨ ਗੱਲ, ਜੇਕਰ ਤੁਸੀਂ ਭਾਰਤ ਦੇ ਨਾਗਰਿਕ ਹੋ ਅਤੇ ਵਿਦੇਸ਼ਾਂ 'ਚ ਜਾਇਦਾਦ ਖਰੀਦਦੇ ਹੋ ਤਾਂ ਤੁਹਾਨੂੰ ਇਹ ਜਾਣਕਾਰੀ ਆਪਣੀ ਸਾਲਾਨਾ ਆਮਦਨ ਟੈਕਸ ਰਿਟਰਨ ਵਿੱਚ ਪ੍ਰਦਾਨ ਕਰਨ ਦੀ ਜ਼ਰੂਰਤ ਹੈ, ਭਾਵ ਕਿ ਤੁਸੀਂ ਇਨਕਮ ਟੈਕਸ ਰਿਟਰਨ ਵਿੱਚ ਇਹ ਚੀਜ਼ ਜਿਹੜੀ ਆ ਉਹ ਫਿੱਲ ਕਰੋਗੇ। ਜੇਕਰ ਤੁਸੀਂ ਇਹ ਜਾਣਕਾਰੀ ਨਹੀਂ ਦਿੰਦੇ ਅਤੇ ਇਸ ਰਕਮ 'ਤੇ ਟੈਕਸ ਨਹੀਂ ਦਿੰਦੇ ਤਾਂ ਇਹ ਟੈਕਸ ਚੋਰੀ ਦਾ ਸਿੱਧਾ ਸਿੱਧਾ ਮਾਮਲਾ ਬਣਦਾ ਹੈ। ਜੇਕਰ ਤੁਸੀਂ ਵੀ ਕ੍ਰਿਪਟੋ ਕਰੰਸੀ ਦੇ ਵਿੱਚ ਕਮਾਈ ਕਰਕੇ ਦੁਬਈ ਵਿੱਚ ਜਾਇਦਾਦ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਸੇ ਟੈਕਸ ਪੇਸ਼ੇਵਰ ਨਾਲ ਸਲਾਹ ਕਰਨ ਤੋਂ ਬਾਅਦ ਹੀ ਜਾਇਦਾਦ ਖਰੀਦਣੀ ਚਾਹੀਦੀ ਹੈ। ਤੁਹਾਨੂੰ ਇੱਕ ਟੈਕਸ ਸਲਾਹਕਾਰ ਚੁਣਨਾ ਚਾਹੀਦਾ ਹੈ ਜੋ ਦੋਵੇਂ ਹੀ ਦੇਸ਼ਾਂ ਅਤੇ ਨਿਯਮਾਂ ਅਤੇ ਕਾਨੂੰਨ ਸਮਝਦਾ ਹੋਵੇ। ਤੁਹਾਨੂੰ ਅਜਿਹੇ ਟੈਕਸ ਸਲਾਹਕਾਰ ਦੀ ਲੋੜ ਹੈ ਜੋ ਦੋਵੇਂ ਦੇਸ਼ਾਂ ਦੇ ਨਿਯਮਾਂ ਅਤੇ ਕਾਨੂੰਨਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੋਵੇ। ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਕ੍ਰਿਪਟੋ ਕਰੰਸੀ ਦੇ ਚੱਕਰ 'ਚ ਪੈ ਰਹੇ ਨੇ ਅਤੇ ਇਸ ਤੋਂ ਪਹਿਲਾਂ ਕਿ ਕਿਸੇ ਵੀ ਕਾਨੂੰਨੀ ਜਾਲ 'ਚ ਉਹ ਫਸਣ, ਅਸੀਂ ਆਪਣਾ ਫਰਜ਼ ਸਮਝਦੇ ਹਾਂ ਉਹਨਾਂ ਨੂੰ ਇਹ ਜਿਹੜੀ ਜਾਣਕਾਰੀ ਦੇਣਾ। ਸੋ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਵੀਡੀਓ, ਨਵੀਆਂ ਅਪਡੇਟਾਂ ਅਸੀਂ ਆਪਣੇ ਚੈਨਲ 'ਤੇ ਲੈ ਕੇ ਆਉਂਦੇ ਰਹਿੰਦੇ ਹਾਂ। ਜਿਹੜੇ ਦੋਸਤ ਅੱਜ ਚੈਨਲ 'ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣ ਤਾਂ ਜੋ ਕਿਸੇ ਨਾਲ ਵੀ ਅਜਿਹਾ ਜਿਹੜਾ ਉਹ ਵਾਪਰ ਨਾ ਸਕੇ। ਸੋ ਮਿਲਦੇ ਹਾਂ ਕੱਲ੍ਹ ਇੱਕ ਨਵੀਂ ਅਤੇ ਅਗਲੀ ਅਪਡੇਟ ਲੈ ਕੇ ਜਲਦੀ, ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ।